ਸਥਾਨਕ ਡੀਐਮ ਕਾਲਜ ਮੋਗਾ ਵਿਖੇ ਲਾਇਨਸ ਕਲੱਬ ਮੋਗਾ ਸਿਟੀ ਵੱਲੋਂ ਲਾਇਨ ਪ੍ਰਧਾਨ ਡਾਕਟਰ ਮਨਮੋਹਨ ਸਿੰਘ ਅਤੇ ਸੈਕਟਰੀ ਲਾਇਨ ਅਮਰਜੀਤ ਸਿੰਘ ਬੱਬਰੀ ਦੀ ਅਗਵਾਈ ਹੇਠ ਵਾਇਸ ਆਫ ਮੋਗਾ ਓਲਡ ਇਜ਼ ਗੋਲਡ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪੁਰਾਣੇ ਗੀਤਾਂ ਦੇ ਰੰਗਾਰੰਗ ਪ੍ਰੋਗਰਾਮ ਵਿੱਚ ਮੋਗਾ ਦੇ ਸਕੂਲਾਂ ਅਤੇ ਕਾਲਜਾਂ ਦੇ ਕੋਈ 28 ਗਾਇਕ ਵਿਦਿਆਰਥੀਆਂ ਨੇ ਹਿੱਸਾ ਲਿਆ। ਬਹੁਤ ਹੀ ਸਖਤ ਮੁਕਾਬਲੇ 'ਚ ਆਰਕੈਸ ਪਬਲਿਕ ਸਕੂਲ ਦੇ ਏਕਮਜੀਤ ਨੇ ਵਾਇਸ ਆਫ ਮੋਗਾ ਓਲਡ ਇਜ਼ ਗੋਲਡ ਦਾ ਖਿਤਾਬ ਜਿੱਤਿਆ, ਜਦਕਿ ਦੇਵ ਸਮਾਸ ਗਰਲ ਸੀਨੀਅਰ ਸੈਕੰਡਰੀ ਸਕੂਲ ਦੀ ਮਾਨਸੀ ਰਨਰ ਅਪ ਰਹੀ। ਗੀਤਾ ਪਬਲਿਕ ਸਕੂਲ ਦੀ ਨਵੀਆਂ ਅਤੇ ਡੀਐਮ ਕਾਲਜ ਦੇ ਅਜੇ ਸ਼ਰਮਾ ਨੂੰ ਸਾਂਝੇ ਤੌਰ ਤੇ ਸੈਕੰਡ ਰਨਰ ਅਪ ਐਲਾਨਿਆ ਗਿਆ। ਬਾਲ ਕਲਾਕਾਰਾਂ ਨੇ ਪ੍ਰਸਿੱਧ ਪੁਰਾਣੇ ਫਿਲਮੀ ਕਲਾਕਾਰਾਂ ਦੇ ਗੀਤਾਂ ਨਾਲ ਜਿੱਥੇ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ, ਉੱਥੇ ਲੋਕਾਂ ਨੂੰ ਮੁਹੰਮਦ ਰਫੀ, ਲਤਾ ਮੰਗੇਸ਼ਕਰ, ਆਸਾ ਭੋਂਸਲੇ, ਕਿਸ਼ੋਰ ਕੁਮਾਰ ਆਦਿ ਦੇ ਸਦਾਬਹਾਰ ਗੀਤਾਂ ਦੀ ਯਾਦ ਨੂੰ ਵੀ ਤਾਜ਼ਾ ਕਰਵਾਇਆ। ਇਸ ਪ੍ਰੋਗਰਾਮ ਵਿੱਚ ਬਲੂਮਿੰਗ ਬਰਡਸ ਗਰੁੱਪ ਆਫ ਸਕੂਲਸ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ, ਜਦਕਿ ਇਲਾਕੇ ਦੇ ਮਸ਼ਹੂਰ ਡਾਕਟਰ ਡਾਕਟਰ ਸੀਮਾਂਤ ਗਰਗ ਅਤੇ ਡਾਕਟਰ ਸੰਜੀਵ ਮਿੱਤਲ ਗੈਸਟ ਆਫ ਆਨਰ ਅਤੇ ਸਪੈਸ਼ਲ ਗੈਸਟ ਆਫ ਆਨਰ ਵਜੋਂ ਹਾਜ਼ਰ ਹੋਏ। ਇਸ ਮੌਕੇ SP ਸਥਾਨਕ ਪ੍ਰਿਤੀਪਾਲ ਸਿੰਘ ਨੇ ਸਪੈਸ਼ਲ ਇਨਵਾਈਟੀ ਵਜੋਂ ਹਾਜ਼ਰੀ ਲਵਾਈ। ਕਲੱਬ ਪ੍ਰਧਾਨ ਲਾਇਨ ਡਾਕਟਰ ਮਨਮੋਹਨ ਸਿੰਘ ਅਤੇ ਸੈਕਟਰੀ ਲਾਇਨ ਅਮਰਜੀਤ ਸਿੰਘ ਬੱਬਰੀ ਨੇ ਕਿਹਾ ਕਿ ਸਾਡਾ ਮਕਸਦ ਬੱਚਿਆਂ ਨੂੰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਪ੍ਰਦਾਨ ਕਰਨਾ ਹੈ, ਜਿਸ ਲਈ ਅਸੀਂ ਪੂਰੀ ਤਰ੍ਹਾਂ ਕਾਮਯਾਬ ਹੋਏ। ਸਾਡੀ ਕਲੱਬ ਹਰ ਸਾਲ ਅਜਿਹੇ ਪ੍ਰੋਗਰਾਮ ਕਰਵਾਉਂਦੀ ਰਹੇਗੀ। ਇਸ ਪ੍ਰੋਗਰਾਮ ਦੀ ਸਟੇਜ ਸਕੱਤਰ ਦੀ ਭੂਮਿਕਾ ਵਿਸ਼ੇਸ਼ ਤੌਰ 'ਤੇ ਜਗਰਾਵਾਂ ਤੋਂ ਪਹੁੰਚੀ, ਪਰਮਜੀਤ ਕੌਰ ਨੇ ਬਾਖੂਬੀ ਨਿਭਾਈ। ਹਾਜ਼ਰੀਨ, ਲਾਇਨਸ ਕਲੱਬ ਮੋਗਾ ਸਿਟੀ ਵੱਲੋਂ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਹੈ। ਅੱਜ ਮੋਗਾ ਸ਼ਹਿਰ ਵਿੱਚ, ਮੋਗਾ ਦੇ ਇਤਿਹਾਸ ਵਿੱਚ ਲਾਇਨਸ ਕਲੱਬ ਮੋਗਾ ਸਿਟੀ ਵੱਲੋਂ ਇਹ ਦੂਸਰਾ ਕੰਪੀਟੀਸ਼ਨ ਕਰਵਾਇਆ ਜਾ ਰਿਹਾ। ਇਸ ਤੋਂ ਪਹਿਲਾਂ ਅੱਜ ਤੋਂ 18-20 ਸਾਲ ਪਹਿਲਾਂ ਇਸੇ ਹੀ ਕਾਲਜ ਦੇ ਵਿੱਚ ਮੇਰੀ ਆਵਾਜ਼ ਸੁਣੋ ਦੇ ਨਾਂ ਹੇਠ ਇਹ ਪ੍ਰੋਗਰਾਮ ਕਰਵਾਇਆ ਗਿਆ ਸੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਸਾਡੇ ਪ੍ਰਧਾਨ ਲਾਇਨ ਡਾਕਟਰ ਮਨਮੋਹਨ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਸਾਨੂੰ ਆਗਿਆ ਦੇਣ ਕਿ ਅਸੀਂ ਪ੍ਰੋਗਰਾਮ ਸ਼ੁਰੂ ਕਰ ਸਕੀਏ। ਲਾਇਨ ਡਾਕਟਰ ਮਨਮੋਹਨ ਸਿੰਘ ਜੀ, ਓਕੇ, ਥੈਂਕ ਯੂ ਸਰ। ਜੋ ਸਾਡੀ ਇੰਟਰਨੈਸ਼ਨਲ ਪਰੰਪਰਾ ਹੈ ਉਹਦੇ ਮੁਤਾਬਕ ਸਾਡਾ ਫਰਜ਼ ਬਣਦਾ ਕਿ ਅਸੀਂ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਸ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਗੋਡ ਅੱਲਾਹ ਗੋਡ ਈਸ਼ਵਰ ਦਾ ਨਾਂ ਲਈਏ, ਤਾਂ ਜੋ ਸਾਡਾ ਜੋ ਅਸੀਂ ਪ੍ਰੋਜੈਕਟ ਸ਼ੁਰੂ ਕੀਤਾ ਹੈ ਉਹ ਨਿਰਵਿਘਨ ਔਰ ਬੜਾ ਵਧੀਆ ਸੰਪੂਰਨ ਹੋਵੇ। ਇਸ ਲਈ ਮੈਂ ਬੇਨਤੀ ਕਰਾਂਗਾ ਬੇਤੀ ਸਿਮਰਨ ਨੂੰ ਕਿ ਉਹ ਇਨਵੋਕੇਸ਼ਨ ਵਾਸਤੇ ਆਉਣ। ਸਾਰਿਆਂ ਨੂੰ ਮੇਰੀ ਬੇਨਤੀ ਹੈ ਉਹ ਆਪਣੀਆਂ ਆਪਣੀਆਂ ਸੀਟਾਂ 'ਤੇ ਇੱਕ ਮਿੰਟ ਲਈ ਖੜ੍ਹੇ ਹੋ ਜਾਣ, ਤਾਂ ਜੋ ਅਸੀਂ ਉਸ ਪਰਮਾਤਮਾ ਐਂਡ ਫਾਦਰ ਆਫ ਆਲ ਮੈਨਕਾਈਂਡ ਵੀ ਕੁਡ ਐਕਨੋਲੇਜ ਦੀ ਇਨ ਆਲ ਅਵਰ ਵੇਜ਼ ਫੋਰ ਇਟ ਇਜ਼ ਦਾਈ ਗੁੱਡ ਗੁੱਡ ਗਿਫਟ ਆਫ ਲਾਈਫ ਅਵਰ ਪਰਪਸ ਟੂ ਲਵ ਦੀ ਐਂਡ ਟੂ ਸਰਵ ਦਾਈ ਚਿਲਡਰਨ ਇਟ ਹੈਜ਼ ਡਰੋਨ ਅਸ ਟੂ ਟੇਕ ਕਾਉਂਸਲ ਟੂਗੈਦਰ ਬੀ ਦੋ ਐਵਰ ਬੀ ਵਿਦ ਅਸ ਥਰੂ ਦੀਜ਼ ਡੇਜ਼ ਕਿੰਡਲ ਆਰ ਰਾਈਟ ਸਪਿਰਿਟ ਇਨ ਅਵਰ ਅਸੈਂਬਲੀਜ਼ ਗ੍ਰਾਂਟ ਅਨ ਟੂ ਅਸ ਅ ਵਿਜ਼ਨ ਗ੍ਰੇਟਰ ਦੈਨ ਵਰਡਲੀ ਪ੍ਰੋਡੂਐਂਸ ਐਂਡ ਅੰਡਰਸਟੈਂਡ ਬਿਯੋਂਡ ਨੋਲੇਜ ਦੈਟ ਇਜ਼ ਟਰੂ ਵਿਜ਼ਡਮ Silence all contention and self-will amongst us, make us in all things peaceful and strong. Through the unity of our high purpose of service to mankind, may the ways of concord and true respect for our fellow men be our assurance of liberty, our great intelligence for the days to come and the safety of all our nations. Thy will be done in the manner of all profess and teacher of good life, we pray, Amen. ਇਹਦੇ ਨਾਲ ਹੀ ਸਾਡਾ ਇਹ ਵੀ ਫਰਜ਼ ਬਣਦਾ ਕਿ ਜਿਸ ਦੇਸ਼ ਵਿੱਚ ਅਸੀਂ ਰਹਿੰਦੇ ਹਾਂ ਉਸ ਦੇਸ਼ ਦੇ ਝੰਡੇ ਨੂੰ ਵੀ ਅਸੀਂ ਨਮਨ ਕਰੀਏ, ਉਸ ਲਈ ਵੀ ਅਸੀਂ ਉਸ ਨੂੰ ਵੀ ਸੈਲਿਊਟ ਕਰੀਏ। ਇੱਕ ਵਾਰ ਫਿਰ ਤੁਹਾਨੂੰ ਖੰਡ ਦੀ ਜਮਤ ਦੇਵਾਂਗਾ, ਇਸ ਲਈ ਫਲੈਗ ਸੈਲੂਟੇਸ਼ਨ ਵਾਸਤੇ ਸਿਨੰਦਨਾ। We salute our national flag and pledge our allegiance to the same. Its glory depends upon the zeal and assiduity with each one of us shoulder and responsibilities or a good citizen. Its glory history, written in the letters of gold, inspires us to put in work, good work, for the fair name of our country. We declare our unflinching loyalty to our national flag and maintain that its course shall be course and that each individual among us make genuine efforts to add its luster and glory and make it fly proudly aloft in the community of nations. Jai Hind. Thank you. Thank you, Sunandra. Hun main
ਬੇਨਤੀ ਕਰਾਂਗਾ ਸਾਡੇ ਪ੍ਰੈਜ਼ੀਡੈਂਟ ਲਾਇਨ ਡਾਕਟਰ ਮਨਮੋਹਨ ਸਿੰਘ ਜੀ ਨੂੰ ਕਿ ਉਹ ਆਏ ਹੋਏ ਗੈਸਟਾਂ ਦਾ ਉਹਨਾਂ ਨੂੰ ਵੈਲਕਮ ਕਹਿਣ। ਲਾਇਨ ਡਾਕਟਰ ਮਨਮੋਹਨ ਸਿੰਘ ਜੀ, ਵੈਰੀ ਗੁੱਡ ਈਵਨਿੰਗ, ਪਲੈਜ਼ੈਂਟ ਈਵਨਿੰਗ ਟੂ ਐਵਰੀਬਡੀ। ਆਈ ਵੈਲਕਮ ਔਰ ਚੀਫ ਗੈਸਟ ਸ਼੍ਰੀ ਸੰਜੀਵ ਕੁਮਾਰ ਸੈਨੀ ਜੀ, ਚੇਅਰਮੈਨ ਗਰੂਮਿੰਗ ਬਰਡਸ ਗਰੁੱਪ ਆਫ ਸਕੂਲਸ। ਗੈਸਟ ਆਫ ਆਨਰ ਡਾਕਟਰ ਸੀਮਾਨ ਗਰਗ, MD ਮੈਡੀਸਨ, ਪ੍ਰੈਜ਼ੀਡੈਂਟ ਭਾਰਤ ਮਾਤਾ ਮੰਦਿਰ। ਐਂਡ ਆਈ ਆਲਸੋ ਵੈਲਕਮ ਡਾਕਟਰ ਸੰਜੀਵ ਮਿੱਤਲ ਜੀ, ਪ੍ਰੈਜ਼ੀਡੈਂਟ IIM ਮੋਗਾ, ਐਂਡ ਸਪੈਸ਼ਲ ਇਨਵਾਈਟੀ ਸ਼੍ਰੀ ਪ੍ਰਿਥੀਪਾਲ ਸਿੰਘ ਜੀ, SP ਹੈੱਡਕੁਆਰਟਰ ਮੋਗਾ। ਆਈ ਵੈਲਕਮ ਆਲ ਦਾ ਆਡੀਅੰਸ ਐਂਡ ਆਈ ਵਿਸ਼ ਆਰ ਸਿੰਗਰਸ, ਆਰ ਸਮਾਲ ਕਿਡ ਸਿੰਗਰਸ ਵਿਲ ਪਲੇ ਅ ਵੈਰੀ ਮੈਲੋਡੀਅਸ ਸੌਂਗਸ ਇਨ ਫਰੰਟ ਆਫ ਯੂ। ਥੈਂਕ ਯੂ ਵੈਰੀ ਮੱਚ ਐਂਡ ਹੋਪ ਯੂ ਆਲ ਇੰਜੋਏ ਐਂਡ ਡਿਸਾਈਡ ਦ ਥਿੰਗਸ ਪ੍ਰੋਪਰਲੀ। ਥੈਂਕ ਯੂ ਵੈਰੀ ਮੱਚ ਡਾਕਟਰ ਸਿਮਾਂਤ ਗੱਲ। ਇਹ ਸਾਡੇ ਰੀਜਨ ਦੇ ਚੇਅਰਮੈਨ ਵੀ ਨੇ ਔਰ ਡਾਕਟਰ ਸੰਜੀਵ ਮੋਗੇ ਦੇ ਮੈਡੀਕਲ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਔਰ ਜੋ ਸਾਡੇ ਅੱਗੇ ਚੀਫ ਗੈਸਟ ਨੇ ਉਹਨੇ ਸ਼੍ਰੀ ਸੰਜੀਵ ਕੁਮਾਰ ਜੀ ਸੈਨੀ, ਚੇਅਰਮੈਨ ਬਲੂਮਿੰਗ ਬਰਡਸ ਸਕੂਲ ਔਫ ਇੰਸਟੀਚਿਊਟ ਗਰੁੱਪ ਆਫ ਸਕੂਲਸ, ਉਸ ਦੇ ਚੇਅਰਮੈਨ ਨੇ। ਮੈਂ ਸਾਡੇ ਤਿੰਨੇ ਹੀ ਜੋ ਸਾਡੇ ਸਤਿਕਾਰਤ ਮਹਿਮਾਨ ਨੇ ਉਹਨਾਂ ਨੂੰ ਬੇਨਤੀ ਕਰਾਂਗਾ, ਉਹਨਾਂ ਦੇ ਨਾਲ ਹੀ ਸਾਡੇ ਡੋਫਲਸ ਦੇ MD ਮਨਦੀਪ ਸਿੰਘ ਜੀ ਖੋਸਾ, ਉਹ ਵੀ ਆਏ ਹੋਏ ਨੇ, ਉਹਨਾਂ ਨੂੰ ਵੀ, ਕਾਲਜ ਦੀ ਮੈਨੇਜਮੈਂਟ ਦੇ ਪ੍ਰੈਜ਼ੀਡੈਂਟ ਅਗਰਵਾਲ ਸਾਹਿਬ, ਇਹਨਾਂ ਨੂੰ ਬੇਨਤੀ ਹੈ ਕਿ ਉਹ ਮੰਚ 'ਤੇ ਆਉਣ ਅਤੇ ਸਾਡੀ ਇਹ ਜਿਹੜੀ ਜੋਤੀ ਆਪਾਂ ਜਿਹੜਾ ਪ੍ਰੋਗਰਾਮ ਸ਼ੁਰੂ ਕਰਨਾ ਉਹਦੀ ਜੋਤੀ ਪ੍ਰਚੰਡ ਕਰਨ ਤਾਂ ਜੋ ਅਸੀਂ ਆਪਣਾ ਇਹ ਪ੍ਰੋਗਰਾਮ ਸ਼ੁਰੂ ਕਰ ਸਕੀਏ। ਸਾਡੇ ਮੈਂਬਰਸ ਉਹਨਾਂ ਨੂੰ ਇਸਕਾਊਟ ਕਰਕੇ ਲੈ ਕੇ ਆਉਣ। ਸੱਤ ਸੁਰਾਂ ਦੀ ਜੋਤੀ ਹਮੇਸ਼ਾ ਹਮੇਸ਼ਾ ਲਈ ਸਾਡੇ ਸ਼ਹਿਰ ਵਿੱਚ ਜਗਦੀ ਰਹੇ। ਇਹ ਜੋ ਸਿਤਾਰੇ ਤੁਹਾਡੇ ਸਾਹਮਣੇ ਆਉਣੇ ਹਨ, ਇਹਨਾਂ ਨੂੰ ਸਰਸਵਤੀ ਬਖਸ਼ਿਸ਼ ਕਰੇ ਕਿ ਇਹ ਹੋਰ ਵੀ ਜ਼ਿਆਦਾ ਬੁਲੰਦੀਆਂ 'ਤੇ ਪਹੁੰਚਣ ਔਰ ਇਹ ਜਿਹੜੀ ਜੋਤੀ ਹੈ ਇਸ ਨੂੰ ਇਸੇ ਤਰ੍ਹਾਂ ਹੀ ਜਗਦੀ ਰੱਖਣ। ਸਾਨੂੰ ਇਹ ਪੂਰੀ ਉਮੀਦ ਹੈ ਕਿ ਇਹ ਇਸ ਰਸਮ ਨੂੰ, ਇਸ ਜੋਤੀ ਨੂੰ ਹਮੇਸ਼ਾ ਦੇ ਲਈ ਜਗਦਾ ਰੱਖਣਗੇ। ਮੈਂ ਸਾਡੇ ਚੀਫ ਗੈਸਟ, ਗੈਸਟ ਆਫ ਆਨਰ ਔਰ ਸਪੈਸ਼ਲ ਗੈਸਟ ਆਫ ਆਨਰ ਤੋਂ ਆਗਿਆ ਚਾਹਾਂਗਾ ਕਿ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਜੀ। ਥੈਂਕ ਯੂ ਸਰ, ਥੈਂਕ ਯੂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਸਾਡੇ ਕੰਟੈਸਟੈਂਟ ਨੇ, ਸਾਡੇ ਕਲਾਕਾਰ ਜਿਨ੍ਹਾਂ ਦਾ ਮੁਕਾਬਲਾ ਹੈ, ਉਹਨਾਂ ਦੀ ਜੱਜਮੈਂਟ ਦੇ ਲਈ ਇੱਕ 3 ਜੱਜਾਂ ਦਾ ਸਾਡੇ ਕੋਲ ਪੈਨਲ ਹੈ, ਜਿਹਦੇ ਵਿੱਚ ਸਭ ਤੋਂ ਪਹਿਲੇ ਜੱਜ ਨੇ ਸਾਡੇ ਆਸ਼ਾ ਪ੍ਰਤਾਪ ਅਗਰਵਾਲ, ਹੈਡ ਆਫ ਦੀ ਮਿਊਜ਼ਿਕ ਡਿਪਾਰਟਮੈਂਟ, ਹੈਡ ਆਫ ਦੀ ਮਿਊਜ਼ਿਕ ਡਿਪਾਰਟਮੈਂਟ ਸੈਸ਼ਨ ਕਾਲਜ ਮੋਗਾ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਜੱਜ ਦਾ ਸਥਾਨ ਗ੍ਰਹਿਣ ਕਰਨ।
beginning. Welcome them. सब तो पहला साढ़े जो डैफोडिल दे अमरी ने उन्होंने असं उस जूरी में शामिल करांगे उन्होंने भी इस जूरी दे विच रखिया मनदीप खोसा जी ये अपने तौर पर दुनिया के 206 मुल्कां विच ब्रांचां हन ते कोई 15 लाख लोग दुनिया भर के वक् वक् धर्मां जातां रंगां खित्तियां दे लोग मनुखता की सेवा में लगे हुए हैं। पिछले वरी असी वॉइस ऑफ मोगा का एक प्रोग्राम लिखा सी लेकिन साडे प्रधानमंत्री नरेंद्र मोदी जी वालों नोटबंदी हो जाने कारण साढ़े इस प्रोग्राम से भी बंदी लग गई सी। साडा ये प्रोग्राम करन दा मुख मकसद की है साडी आने वाली पीढ़ी नूं संगीत की रूह नाल जोड़ना है अते बच्चों नूं अपनी प्रतिभा का इजहार करन दा मौका देना है। साडी बदकिस्मती है कि साडे बच्चों नूं अपनी कला की नुमाइश करन दा मौका नहीं मिलता अते ज़्यादातर प्रतिभावान बच्चों नूं इसदी कला नूं उन्हां दे दिल अंदर ही दम तोड़ना पैंदा है। मौसीकी दे खेत्र विच हर इंसान कलाकार वह बाथरूम सिंगर भावें होवे अगर उसनूं मौसीकी वाला माहौल मिल दे और चंगा पथ प्रदर्शक मिल जाए तो वह कला नूं बखूबी निखार सकता है। मोगा के इतिहास में साड़ी ही कला वालों कलाकारों को उत्साहित करने का दूजा मौका है। पहला मौका मेरी आवाज़ सुनो दे बैनर हेठ अज तो कोई 18-19 वरे पहला किसी कॉलेज के ओपन एयर थिएटर किया गया सी। असीं कॉलेज की मैनेजमेंट प्रिंसीपल अते स्टाफ के धन्नवादी हाँ जिन्होंने सानूं दोबारा इस कॉलेज वॉइस ऑफ मोगा ओल्ड इज गोल्ड प्रोग्राम करवाने का मौका दिता है। अज के इस प्रोग्राम में मोगा शहर के स्कूलों के कॉलेजों के कलाकार पुराने गीतों नाल थोड़ी रूह नूं सार-सार करनी अजोकी लच्चर अते शोर शराबे वाली गायकी तो नवी पीढ़ी नूं मोड़ा दे के रूह की खुराक देने वाली अते परिवार विच बैठ के गाउण अते सुणन वाले गीतों नाल जोड़न दा साडा उपराला किन्ना कु सफल हुंदा है ये तो समा ही दसेगा पर असी तुहानूं विश्वास दिवांदे हाँ कि असी ये अपना यतन निरंतर जारी रखांगे। जेकर तुहाडा सहयोग इसे तरह मिलता रहा तो साडी कला वालों अजिहा गीत संगीत मुकाबले हर साल करवाया जा करन। इत्थे मैं REEC संस्था के MD रोहित बांसल अते डैफोडिल पायलट सेंटर के MD मनदीप सिंह खोसा का विशेष तौर पर धन्यवादी हाँ जिन्होंने इस प्रोग्राम में बड़मुला योगदान पाया है। थैंक यू थोड़ा हम साल ज़्यादा समा ना लेता होया मैं परमजीत कलसी को बेनती कराँगा कि वो इस प्रोग्राम का आगाज़ कर इस प्रोग्राम की शुरुआत कर। मैडम परमजीत कलसी। थैंक यू सर। संगीत एक ऐसी कला है जो हमारे मन तन और रूह को शांति देती है। संगीत से मन आत्मा को सुकून मिलता है। यह मनोरंजन का ऐसा साधन है जो हर मानव को प्रिय है। तो ये हमारी जो सोलो सिंगिंग कंपटीशन है जो DM कॉलेज के प्रांगण में हम करवाने जा रहे हैं
जो कि लायंस क्लब मोगा की तरफ से करवाया जा रहा है। वॉयस ऑफ मोगा, बहुत ही अच्छा श्रेष्ठ कदम है ये इस क्लब की तरफ से, और मैं इस कंपटीशन को डीएम कॉलेज में करवाने की अनुमति देने के लिए क्लब की तरफ से, क्लब के सभी मेंबर्स की तरफ से वाइस प्रेसिडेंट ऑफ कॉलेज कृष्ण गोपाल एडवोकेट जी का धन्यवाद करती हूँ और सारी मैनेजिंग कमेटी का भी धन्यवाद करती हूँ। आई थिंक हमारे जो आज के जजेस हैं उनके पास हमारे जो आज पार्टिसिपेंट्स हैं उनकी लिस्ट पहुँच चुकी होगी। ये बड़ा सबसे ये मुश्किल कार्य होता है किसी भी प्रोग्राम में कंपटीशन में जजमेंट करना, तो ये कार्यभार हमारे जो जजेस हैं रिस्पेक्टिव जजेस वो संभाल रहे हैं, ये सबसे मुश्किल कार्य होता है। आई थिंक उनके पास सभी पार्टिसिपेंट्स की लिस्ट पहुंच चुकी होगी। हमारी जो आज के कंपटीशन के पार्टिसिपेंट्स हैं उनके नेम नहीं बताए जाएंगे, उनको कोड दिए गए हुए हैं, वो मेंशन किया हुआ है लिस्ट में, नंबर 1 नंबर 2 नंबर 3 ऐसे होगा उनका, ये सीक्रेट रखा गया है। और उनके जो गीत के बोल हैं मैं उनको साथ साथ में बोलूँगी। सबसे जो पहले हमारे पार्टिसिपेंट्स हैं वो स्टेज पर आएंगे, उनको मैं कॉल कर रही हूँ। कॉल नंबर 1, इनके गीत के बोल हैं, ए मालिक तेरे बंदे हम, ऐसे हो हमारे क्रम। जलाए रखना, लहू देकर जिसकी हिफाजत हमने की, ऐसे तिरंगे को सदा दिल में बसाए रखना। आगे हमारा जो परफॉर्मर है
बाद कमेंट देंगे। सॉडी हमारे बीच पहुंचे हैं, वो भी हमारी प्रतियोगिता की ग्रेडिंग करेंगे। हम उनका वेलकम करते हैं, उनको भी फाइल दी जा रही है। इसी श्रृंखला में हमारे कंपटीशन के नेक्स्ट परफॉर्मर कोड 3S अभी स्टेज पर आएंगे, मंच पर, और
कोर 4S आगे के लिए तैयार रहे अपनी परफॉर्मेंस के लिए. इनके बोल के गीत हैं हमें तुमसे प्यार इतना. ये बात बिल्कुल सच है, जो सुकून हमें पुरानी धुनों में मिलता है वो आज की धुनों में नहीं मिलता. ये थे हमारी कोर नंबर 4S. हम नेक्स्ट परफॉर्मर कोर नंबर 5S को बुलाने जा रही हूँ. 3S था, सॉरी 4S हमारा आगे परफॉर्म करने जा रहा है. ओ साथी रे तेरे बिना भी क्या जीना. खुशबू है इस धरती से उसे अंबर तक, मेरी नजर में तू ही तू है. प्यारे टूटे ना, प्यारे टूटे ना, तू मुझसे रूठे ना, साथी छूटे कभी ना. अपनी परफॉर्मेंस लेकर आएंगे मंच पर. और कोर नंबर 6S रेडी रहे. इनके गीत के बोल हैं जिंदगी एक सफर है सुहाना. जिंदगी एक सफर है सुहाना, यहाँ दिल क्या हो किसने जाना.
लेकर हमारे नेक्स्ट परफॉर्मर आ रहे हैं कोर नंबर 6S. Has
के उस पार जाना पड़ेगा, हंस के उस पार जाना पड़ेगा, हंस के उस पार जाना पड़ेगा। 6S ने गाया। नेक्स्ट परफॉर्मर 7S मंच पर आएंगे और अपनी परफॉर्मेंस देंगे। पुकारता चला हूँ मैं, बस एक छांव ज़ुल्फ़ की, बस एक निगाह प्यार की, पुकारता चला मैं गली गली बाहर की, बस एक छांव तेरे दिल को भी सनम तुझसे
सनम तुझसे सुनाना चाहता सनम फिर आज इधर आया हूँ मगर ये कहने मैं दीवाना तक बस आज ये मैं शक्त होगी आज उस बार तेरी गलियों परफॉर्मेंस लेकर आएंगे एक जरूरी इंफॉर्मेशन है कोड नंबर 11C और कोड नंबर 12C अगर वो पार्टिसिपेट कर रहे हैं तो अभी वो दोबारा अपनी एंट्री करवा दें कोड 11C और 12C Thank you.
Thank you.
अपनी परफॉर्मेंस लेकर आएंगे गुलाबी आंखें जो तेरी देखी गुलाबी आंखें जो तेरी देखी शराबी
एक राधा एक मीरा, ये अपने गीत के बोल लेकर नेक्स्ट परफॉर्मर आ रहे हैं, कोड नंबर 16S। एक राधा एक मीरा दो अंत
स्वर्ग यही नर्क यहाँ, इसके सिवा जाना कहाँ। जीता है जब हमको आवाज़ दो, हम हैं वही, हम थे जहाँ, अपने यही दोनों जहाँ, इसके सिवा जाना कहाँ। Yeah.
बीच भी ढीला है, सर भीगा है, सर गीला है, उसका कोई पेच भी ढीला है। ई मछली घर से निकली पगली सी काली रात में, मिली एक अजनबी से कोई आगे न पीछे, तुम ही कहो ये कोई बात है। कोड नंबर 19C, नेक्स्ट पार्टिसिपेंट कम ऑन द स्टेज। कोड नंबर 20S, No!
लाइन्स क्लब के मेंबर्स की तरफ से बहुत ही श्रेष्ठ कदम है जो बच्चों को ऐसा प्लेटफॉर्म दिया है, बच्चों को आगे बढ़ने का, उन्हें अपना हुनर दिखाने का। ये बहुत ही अच्छा उनका ये कदम है, मोटिवेशनल स्टेप है। हमारे आगे जो परफॉर्मर है, कोड नंबर 21 है, गीत है अपना दिल तो आवारा। बस जुनून चाहिए, जिसमें वाल हो ऐसा खून चाहिए, ये आसमां भी आएगा जमीन पर, बस इरादों में जीत की धूम चाहिए। हमारे नेक्स्ट परफॉर्मर चुरा लिया है तुमने जो दिल को, नजर नहीं चुराना सनम, कहीं बदल ना जाना सनम, मान लिया
जा
अपनी परफॉर्मेंस लेकर आएंगे। क्या हुआ तेरा वादा? जीतने का मजा ही कुछ और है।